ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡੇ ਨਾਲ ਮੈਂ ਅਮ੍ਰਿਤਾ ਗਰਗ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬਿਆਨ ਦਿੱਤੇ, ਜਿਸ ਤੋਂ ਬਾਅਦ ਸਿਆਸਤ ਪੰਜਾਬ ਦੀ ਸਰਗਰਮ ਹੋ ਗਈ ਹੈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕੈਪਟਨ ਵੱਲੋਂ ਸਿੱਧੂ ਨੂੰ ਦਿੱਤੇ ਗਏ ਚੈਲੰਜ ਤੇ ਸਵਾਲ ਚੁੱਕੇ, ਕਿਹਾ ਐਡੀ ਵੀ ਕੋਈ ਗੱਲ ਨਹੀਂ ਹੈ ਤੇ ਨਾਲ ਹੀ ਸਿੱਧੂ ਨੂੰ ਚੌਥੇ ਫਰੰਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਹੈ। ਸਾਡੇ ਨਾਲ ਸੁਖਦੇਵ ਸਿੰਘ ਢੀਂਡਸਾ ਜੀ ਨੇ। ਢੀਂਡਸਾ ਸਾਹਿਬ, ਜਿਸ ਤਰੀਕੇ ਨਾਲ ਕੱਲ੍ਹ ਗੱਲਬਾਤ ਹੋਈ ਹੈ, ਮੁੱਖ ਮੰਤਰੀ ਨੇ ਸਾਫ਼ ਕਰਤਾ ਹੈ, ਉਹਨਾਂ ਨੇ ਆਪਣੀ ਗੱਲ ਰੱਖੀ ਹੈ ਪੂਰੀ, ਕਿਉਂਕਿ ਜਿਸ ਤਰੀਕੇ ਨਾਲ ਟਵੀਟ ਹੋ ਰਿਹਾ ਸੀ, ਕਾਂਗਰਸ ਪਾਰਟੀ ਦਾ ਕੋਈ ਵੀ ਨੁਮਾਇੰਦਾ ਸਾਹਮਣੇ ਨਹੀਂ ਆ ਰਿਹਾ ਸੀ, ਇਸ ਚੀਜ਼ ਦਾ ਰਿਐਕਸ਼ਨ ਨਹੀਂ ਦੇ ਰਿਹਾ ਸੀ, ਪਰ ਮੁੱਖ ਮੰਤਰੀ ਖੁੱਲ੍ਹ ਕੇ ਸਾਹਮਣੇ ਆਏ ਅਤੇ ਚੈਲੰਜ ਤੱਕ ਕਰ ਦਿੱਤਾ। ਤੁਸੀਂ ਕਿਸ ਤਰੀਕੇ ਦੇਖਦੇ ਹੋ? ਦੇਖੋ, ਮੈਂ ਸਮਝਦਾ ਕਿ ਇਹ ਤਾਂ ਹੋਏਗਾ ਉਹਨਾਂ ਦਾ ਇੰਟਰਨਲ ਮਸਲਾ, ਲੇਕਿਨ ਜਿਹੜਾ ਇਹ ਕਹਿਣਾ ਉਹਨੂੰ ਚੈਲੰਜ ਕਰਨਾ, ਇਹ ਨਹੀਂ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਪੋਲੀਟਿਕਸ 'ਚੋਂ ਕੋਈ ਇਸ ਤਰ੍ਹਾਂ ਸਮਝਿਆ ਜਾਵੇ ਕਿ ਉਹਦਾ ਕੋਈ ਰੋਲ ਨਹੀਂ ਹੈ। ਪੰਜਾਬ ਦੀ ਪੋਲੀਟਿਕਸ 'ਚ ਉਹਦਾ ਬਹੁਤ ਵੱਡਾ ਰੋਲ ਹੈ ਔਰ ਉਹਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਇਹ ਮੇਰਾ ਖਿਆਲ ਹੈ ਕੈਪਟਨ ਸਾਹਿਬ ਨੇ ਕੁਝ ਜ਼ਿਆਦਾ ਕਹਿ ਦਿੱਤਾ, ਬਾਕੀ ਉਹਨਾਂ ਦੇ ਇੰਟਰਨਲ ਹੈ, ਸਾਨੂੰ ਨਹੀਂ ਕੋਈ ਹੈਗਾ ਕਿ ਕੀ ਬੋਲਦਾ, ਕੌਣ ਕਿਹਨੂੰ ਬੋਲਦਾ, ਉਹ ਤਾਂ ਜਵਾਬ ਸਿੱਧੂ ਸਾਹਿਬ ਦੇਣਗੇ। ਅਤੇ ਮੈਂ ਤਾਂ ਇਹੀ ਕਹਿ ਸਕਦਾ ਕਿ ਸਿੱਧੂ ਸਾਹਿਬ ਦਾ ਉਹਨੂੰ ਪੰਜਾਬ ਦੀ ਪੋਲੀਟਿਕਸ 'ਚੋਂ ਮਨਫੀ ਕਰਨਾ ਬਿਲਕੁਲ ਗਲਤ ਹੈ ਜਿਹੜਾ ਕੈਪਟਨ ਸਾਹਿਬ ਸੋਚ ਰਹੇ ਨੇ। ਪਰ ਜਿਹੜਾ ਮੁੱਦਾ ਚੱਕ ਰਹੇ ਨੇ ਉਹ ਜਨਤਕ ਮੁੱਦਾ ਹੈ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਹਰ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਇਹ ਮੁੱਦਾ ਚੁੱਕ ਰਹੀ ਹੈ, ਤਾਂ ਜਿਸ ਤਰੀਕੇ ਨਾਲ ਆਪਣੇ ਹੀ ਵਿਧਾਇਕ ਇਹ ਮੁੱਦਾ ਚੁੱਕਦੇ ਨੇ, ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀ ਜਿਹੜੀ ਓਪੋਜੀਸ਼ਨ ਪਾਰਟੀ ਹੈ ਉਹਦੇ ਕੋਲ ਕੋਈ ਰਹਿ ਨਹੀਂ ਜਾਂਦਾ, ਕਿਉਂਕਿ ਆਪਣੇ ਵਿਧਾਇਕ ਜਦ ਇਸ ਤਰੀਕੇ ਨਾਲ ਮੁੱਦਾ ਚੁੱਕ ਰਹੇ ਹੋਣਗੇ ਆਪਣੀ ਸਰਕਾਰ ਦੇ ਖਿਲਾਫ, ਤਾਂ ਕਿਤੇ ਨਾ ਕਿਤੇ ਡੈਮੇਜ ਤਾਂ ਹੋਏਗਾ ਹੀ। ਡੈਮੇਜ ਕੰਟਰੋਲ ਕਿਸ ਤਰ੍ਹਾਂ ਹੋਏ ਫਿਰ? ਨਹੀਂ, ਦੇਖੋ ਗੱਲ ਸੁਣੋ, ਇਹ ਤਾਂ ਇਸ਼ੂ ਹੈ ਜਿਹੜਾ ਇਹ ਲੋਕਾਂ ਦਾ ਇਸ਼ੂ ਬਣਿਆ, ਕਿਉਂਕਿ ਹਰ ਬੰਦਾ ਚਾਹੁੰਦਾ ਹੈ, ਸਿੱਖ ਤਾਂ ਚਾਹੁੰਦੇ ਹੀ ਚਾਹੁੰਦਾ ਹੈ, ਲੇਕਿਨ ਹਰ ਬੰਦਾ ਪੰਜਾਬੀ ਇਹ ਸੋਚਦਾ ਹੈ ਕਿ ਇਹਦਾ ਇਨਸਾਫ ਮਿਲਣਾ ਚਾਹੀਦਾ। ਉੱਥੇ ਬੰਦਿਆਂ ਦੇ ਸ਼ਹੀਦ ਹੋਏ ਨੇ ਔਰ ਕਿਸ ਤਰ੍ਹਾਂ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ, ਉਹਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। 10 ਸਾਲ ਹੋ ਚੱਲੇ ਨੇ, ਸਾਡੀ ਸਰਕਾਰ ਸੀ ਪਹਿਲਾਂ, ਅਸੀਂ ਅੰਦਰ ਬੈਠ ਕੇ ਪੁੱਛਦੇ ਰਹੇ ਕਿ ਜੀ ਦੱਸੋ ਕੀ ਹੋਇਆ ਬਾਲ ਸਾਹਿਬ, ਉਹ ਕਹਿੰਦੇ ਸੀ ਜੀ ਸਿੱਟ ਬਣਾਈ ਹੋਈ ਆ, ਜਲਦੀ ਫੈਸਲਾ ਕਰੇਗੀ। ਹੁਣ ਇਹਨੇ ਇਸ ਚੀਜ਼ 'ਤੇ ਇਲੈਕਸ਼ਨ ਜਿੱਤੀ ਕਿ ਮੈਨੂੰ ਕਿਹੜਾ ਤੁਸੀਂ ਵੋਟਾਂ ਪਾਓ, ਮੈਂ ਸਭ ਤੋਂ ਪਹਿਲਾਂ ਇਨਸਾਫ ਇਹ ਦਵਾਊਂਗਾ। ਇਹਦੀ ਸਰਕਾਰ ਵੀ ਪਾਉਣੇ 5.25 ਸਾਲ ਹੋ ਗਏ, 4 ਸਾਲ, ਇਹਨੇ ਅੱਜ ਤੱਕ ਕੁਛ ਨਹੀਂ ਕੀਤਾ। ਜੋ ਕੁਛ ਹੁਣ ਹੋਇਆ ਇਹਦੇ ਵਕੀਲਾਂ ਨੇ ਕੀਤਾ, ਉਹ ਸਾਰੀ ਦੁਨੀਆ ਜਾਣਦੀ ਆ ਜੀ ਕਿ ਕੈਪਟਨ ਸਾਹਿਬ ਨੇ ਇਸ ਤਰ੍ਹਾਂ ਦੇ ਵਕੀਲ ਲਿਆਂਦੇ ਜਿਹੜੇ ਨੇ ਉਲਟਾ ਉਸ ਕੇਸ ਦੇ ਖਿਲਾਫ ਕੀ ਕਰਨਾ ਸੀ, ਉਹਦੇ ਹੱਕ 'ਚ ਤਾਂ ਕੀ ਬੋਲਣਾ ਸੀ, ਖਿਲਾਫ ਹੀ ਬੋਲੇ ਆ। ਵਿਧਾਇਕ ਰਾਜਕੁਮਾਰ ਵੇਰਕਾ ਵੀ ਸਾਹਮਣੇ, ਉਹਨਾਂ ਨੇ ਕਿਹਾ ਕਿ ਕਿਤੇ ਗਿਲੇ ਸ਼ਿਕਵੇ ਹੋ ਜਾਂਦੇ ਨੇ, ਕਿਤੇ ਕਿਤੇ ਗਲਤ ਫਹਿਮੀਆਂ ਹੋ ਜਾਂਦੀਆਂ, ਉਹ ਦੂਰ ਕੀਤੀਆਂ ਜਾਣਗੀਆਂ ਅਤੇ ਪ੍ਰਦੇਸ਼ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਦਾ ਰੁੱਖ ਕਰ ਰਹੀ ਹੈ। ਉਸ ਚੀਜ਼ 'ਤੇ ਕੋਈ ਸੈਟਿਸਫੈਕਸ਼ਨ ਨਹੀਂ ਹੈਗੀ ਕਿ ਸੁਪਰੀਮ ਕੋਰਟ ਵੀ ਜਾ ਰਹੀ ਹੈ ਸਰਕਾਰ ਉਸ ਸਾਰੇ ਤੱਥ ਲੈ ਕੇ? ਦੇਖੋ, ਸੁਪਰੀਮ ਕੋਰਟ ਜਾਣਾ ਮਤਲਬ ਇਹ ਹੈ ਕਿ ਉਹਨੂੰ ਠੰਡੇ ਬਸਤੇ 'ਚ ਪਾਉਣਾ, ਉਹਦੇ 'ਚ ਕੋਈ ਫੈਸਲਾ ਨਹੀਂ ਹੋਏਗਾ ਇੰਨਾ ਜਲਦੀ, ਉਹਨੂੰ ਠੰਡੇ ਬਸਤੇ 'ਚ ਪਾਉਣ ਦੀ ਗੱਲ ਹੈ। ਲੋਕ ਇਨਸਾਫ ਮੰਗਦੇ ਨੇ, ਅੱਜ 30 ਨੂੰ ਫਿਰ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ, ਬਾਈਬਲ ਕਲਾਂ ਹੋ ਰਹੀਆਂ ਔਰ ਉਹਦਾ ਇਨਸਾਫ ਮੰਗਣ ਲਈ ਅੱਜ ਮੁੱਦਾ ਇੱਕੋ ਹੀ ਹੈ ਕਿ ਉਹਦਾ ਇਨਸਾਫ ਹਰ ਹਾਲ 'ਚ ਮਿਲਣਾ ਚਾਹੀਦਾ। ਉਹਦੇ ਲਈ ਸਿੱਧੂ ਸਾਹਿਬ ਵੀ ਆਵਾਜ਼ ਉਠਾਉਂਦੇ ਨੇ, ਕਾਂਗਰਸ ਦੇ MLA ਵੀ, ਵਜ਼ੀਰ ਵੀ ਆਵਾਜ਼ ਉਠਾਉਂਦੇ ਨੇ, ਬਾਕੀ ਅਪੋਜੀਸ਼ਨ ਤਾਂ ਉਠਾਉਣੀ ਉਠਾਉਣਾ ਉਠਾਉਣੀ ਹੈ, ਅਸੀਂ ਤਾਂ ਜਿਹੜੇ ਸਿੱਖ ਜਥੇਬੰਦੀਆਂ ਨੂੰ ਤਾਂ ਉਠਾਉਣੀ ਹੈ, ਉਹ ਤਾਂ ਇਨਸਾਫ ਮੰਗਦੇ ਮੰਗਦੇ ਨੇ। ਜੇ ਗੱਲ ਕੀਤੀ ਜਾਏ ਕਰੀਅਰ ਦੀ, ਕਿਉਂਕਿ ਮੁੱਖ ਮੰਤਰੀ ਨੇ ਸਾਫ਼ ਕਰਤਾ ਕਹਿੰਦੇ ਕਿਹਾ ਕਿ ਅਕਾਲੀ ਦਲ ਉਹਨਾਂ ਨੂੰ ਲਏਗੀ ਨਹੀਂ, BJP ਵੀ ਨਹੀਂ ਲਏਗੀ, ਤਾਂ ਇੱਕ ਚਾਰਾ ਬਚਦਾ, ਜਾਂ ਤਾਂ ਆਮ ਆਦਮੀ ਪਾਰਟੀ ਕੋਲ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਨਾਲ ਗੱਲ ਹੋ ਰਹੀ ਹੈ, ਇਸ ਤਰੀਕੇ ਦਾ ਆਰੋਪ ਵੀ ਲਾਇਆ ਗਿਆ, ਜਾਂ ਫਿਰ ਤੁਹਾਡੇ ਕੋਲ ਵੀ ਆ ਸਕਦੇ ਨੇ ਜਾਂ ਆਪਣੀ ਪਾਰਟੀ ਬਣਾ ਸਕਦੇ ਨੇ, ਤੁਹਾਡੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਇਸ ਬਾਰੇ? ਦੇਖੋ, ਗੱਲਬਾਤਾਂ ਤਾਂ ਸਾਡੀਆਂ ਸਾਰਿਆਂ ਨਾਲ ਚੱਲਦੀਆਂ, ਸਾਡਾ ਮੇਰਾ ਬਹੁਤ ਅਜੀਜ਼ ਹੈ, ਮੇਰੇ ਨਾਲ ਬਹੁਤ ਪਿਆਰ ਹੈ, ਸਤਿਕਾਰ ਇੱਕ ਦੂਸਰੇ ਦਾ ਬਹੁਤ ਕਰਦੇ ਹੈ, ਲੇਕਿਨ ਮੈਂ ਪਹਿਲਾਂ ਵੀ ਉਹਨੂੰ ਇੱਕ ਐਡਵਾਈਸ ਐਜ਼ ਬਜ਼ੁਰਗ ਦੇ ਚੁੱਕਿਆ ਸੀ ਕਿ ਬਹੁਤ ਲੰਮਾ ਸਭਾ ਹੋ ਗਿਆ, ਹੁਣ ਕੋਈ ਫੈਸਲਾ ਕਰੇ ਕਿ ਉਹਨੇ ਕਿੱਥੇ ਕਾਂਗਰਸ 'ਚ ਰਹਿਣਾ ਕਿ ਨਹੀਂ ਰਹਿਣਾ, ਜਾਂ ਕਿੱਥੇ ਜਾਣਾ ਕਿੱਥੇ ਨਹੀਂ। ਲੇਕਿਨ ਅਸੀਂ ਇੱਕ ਐਸਾ, ਲੋਕਾਂ ਦੀ ਇੱਛਾ ਹੈ ਸਾਰੇ ਪੰਜਾਬ ਦੀ ਕਿ ਇੱਕ ਐਸਾ ਫਰੰਟ ਬਣੇ, ਚੌਥਾ ਫਰੰਟ ਜਿਹਨੂੰ ਕਹੀਏ, ਜਿਹੜਾ ਇਹਨਾਂ ਪਾਰਟੀਆਂ ਨੂੰ ਪਛਾੜ ਕੇ ਨਵੀਂ ਸਰਕਾਰ ਵੀ ਬਣੇ ਔਰ ਸ਼੍ਰੋਮਣੀ ਕਮੇਟੀ 'ਚ ਵੀ ਉਹ ਕਾਬਜ਼ ਹੋਣ। ਉਹਦੇ ਲਈ ਮੈਂ ਸਮਝਦਾ ਕਿ ਅਸੀਂ ਵੀ ਜਿੱਥੇ ਬਾਕੀ ਪਾਰਟੀਆਂ ਨੂੰ ਸੱਦਾ ਦਿੰਦੇ ਹਾਂ, ਅਸੀਂ ਸਿੱਧੂ ਸਾਹਿਬ ਨੂੰ ਵੀ ਸੱਦਾ ਦਿੰਦੇ ਹਾਂ, ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੱਤਾ, ਉਹਨਾਂ 'ਚ ਸਿੱਧੂ ਸਾਹਿਬ ਬੜੇ ਇੰਪੋਰਟੈਂਟ ਬੰਦੇ ਨੇ, ਉਹਨਾਂ ਨੂੰ ਵੀ ਸੱਦਾ ਕਿ ਆਓ ਸਾਡੇ ਨਾਲ ਮਿਲ ਕੇ ਆਪਾਂ ਫਰੰਟ ਬਣਾ ਕੇ। ਇਹ ਸੱਦਾ ਤੁਸੀਂ ਸਾਡੇ ਚੈਨਲ ਰਾਹੀਂ ਦੇ ਰਹੇ ਹੋ ਜਾਂ ਫਿਰ ਪਹਿਲਾਂ ਵੀ ਦੇ ਚੁੱਕੇ ਹੋ? ਦੇ ਚੁੱਕਿਆ ਮੈਂ, ਪਹਿਲਾਂ ਦੇ ਚੁੱਕਿਆ ਇਹ,
कि आओ सारे कट्ठे होइए पंजाब नूं बचाउणा है। अज पंजाब नूं बचाउण दी जरूरत है, अज पंथ नूं बचाउण दी जरूरत है, अज वो इंसाफ लैण दी जरूरत है। तो जिन्ना चिर असीं कट्ठे नहीं होंदे उन्नी देर इंसाफ मिल भी नहीं सकदा। लगदा है चौथे फ्रंट का हिस्सा बन सकते नवजोत सिंह सिद्धू, अगे गलबात चलेगी इसी तरीके नाल? देखो असी तो उम्मीद करते हैं भी उन्होंने सोचना चाहिए, बाकी वह फैसला उन्होंने आपका करना है। मैं तो पहला कई बार कह चुके हैं जी कि बहुत लंबा समा हो गया उन्होंने फैसला कर लेना चाहिए। लंबे समय की गल करिए, सुझाव की गल करिए, तो बहुत सीनियर आगू हो, काफ़ी एक्सपीरियंस थोनू, तुसी की सुझाव देना चाहोगे? क्योंकि मुख्यमंत्री ने कहा दो ऑप्शन ने, या तो इत्थे यानी कांग्रेस ही रहे या फिर दूजी पार्टी जाने तो फिर जल्दी जाए, थोड़ा की सुझाव हो सकता है परसनल लेवल पर? ना मेरा तो सुझाव है कि आओ आप फ्रंट बनाइए, सारी पार्टी चाहो, पार्टी च नहीं हो तो फ्रंट बनाइए, आओ फ्रंट बना के आप एक जड़े लोगों की इच्छा है वो मुताबिक चलीए। सत्ता पत्र दिता जा रहा है, पर नाल दे नाल सेवन सिंह सेखवा जी भी साढ़े नाल ने। सेखवा साहब जो गल करिए, क्योंकि नवजोत सिंह सिद्धू की इस गल चल रही है, थोड़ा की कहना है जिस तरीके नाल चैलेंज किया गया मुख्यमंत्री वालों, तो किस तरीके नाल देखते हो तुसी? वेखो जिवें ढींडसा साहब ने कहा आ कि ये उन्हां दी पार्टी का अंदरला मामला हैगा, साडा को फर्ज नहीं बनता भी असी उहदे च कोई दखल देईए, लेकिन पंजाब दे लोकां दी एक तमन्ना आ कि पंजाब नूं बचाउण वाले लोग एक प्लेटफार्म ते इकट्ठे हो। मैं अपनी गल नहीं कर रहा, अपनी पार्टी की गल नहीं कर रहा, मैं पंजाब दे लोकां दी गल कर रहा। वो चाहते हैं कि जेड़े पंजाब हितैषी लोग ने, जेड़े पंजाब नूं सोहना पंजाब वेखना चाहते आ, तरक्की वाला पंजाब वेखना चाहते आ, वो एक प्लेटफार्म ते इकट्ठे होण। मेरे वेखे सिद्धू साहब उन्हां विच्चों एक ने और प्रमुख ने, जिन्हां दा हुण तक दा जिहड़ा करदार रहा आ, भावें वह भारतीय जनता पार्टी च रहे आ ते भावें वह कांग्रेस च रहे आ, लेकिन उन्हां दी दोवां ही पार्टियां नाल जे लड़ाई होई आ तो वह पंजाब तो हुई है। जिस दिन भारतीय जनता पार्टी ने उन्होंने कहा कि तुसी कुरुक्षेत्र तो एम पी बन जाओ, राज्यसभा का मैंबर भी बनाया, उन्होंने सरकार बन गई, ए मिनिस्टर भी बन सकते सी, लेकिन सिद्धू की एक ही गल सी कि मैं पंजाब नहीं छड़ सकता, मैं अपने पंजाब के नाल है, मैं पार्टी छड़ सकना, मैं सरकार छड़ सकना, लेकिन पंजाब नहीं छड़ना। दूसरी गल हुण जिद्दण दे कांग्रेस पार्टी च आए आ, उदण भी उन्हां दी कैप्टन अमरिंदर सिंह नाल यही लड़ाई आ कि जिहड़े पंजाब दे मसले ने, जिवें बेअदबी दा मसला प्रमुख मसला आ, नशियां दा मसला आ, जां पंजाब दी डिवेलपमेंट दी गल है, उत्थे आण के अपने सीएम नाल मिली उन्हां दी लड़ाई रही आ पंजाब हितू होण करके। इस करके ये अज समय दी लोड़ आ ते पंजाब मंग करदा आ, पंजाब दे लोक मंग करदे आ कि जिहड़े लोग भी पंजाब की चढ़ती कला चाहते आ, वो एक वक्रा फ्रंट बनाउण, उहदे ते कट्ठे होण। ये जिहड़ियां रवायती पार्टियां जिहड़ियां रल मिल के लुट रही, पहलां सुखबीर होना ने लुटिया ते हुण उहनां नूं भी हिस्सा जांदा लुट होण, ये पार्टी भी कर रही आ। ते जो गेम इहनां ने आ खेडी आ हुण आ बेअदबी वाले मामले ते, ये जग जाहिर हो गया कि यह दोवें पार्टियां जिहड़ियां इस इशू ते इंसाफ नहीं देना चाहुंदी। एक मेरा सवाल यह भी है, क्योंकि ढींडसा साहब थोड़े तो इस पहला यह सवाल कहते हैं, जिथे जिस पार्टी से भी नवजोत सिंह सिद्धू जाते हैं अपनी कंडीशन लैके जाते हैं, अपनी जिहड़े वो नॉर्म्स लैके जाते हैं, जे थोड़े वाल आते हैं, इस पार्टी वाल आते हैं, चौथा फ्रंट खोलते हैं, कि लगता है बीजेपी लड़ाई हुई उस तो बाद कांग्रेस लड़ाई हुई इतने नहीं होगी, इतने जी आइडियोलॉजी बिल्कुल मैच करेगी? नहीं, मेरा ख्याल नहीं कोई ऐसा लैके जाते हो, उन्होंने डिफरेंस होंगे रहे पार्टी छो, पार्टी डिफरेंस करके छे, ये नहीं है कि किसी ना वो ये कह के जाते रहे कि हाँ मैं आ कुछ मिलना चाहिए, हूँ भी हूँ डिप्टी चीफ मिनिस्टरशिप मिलती से उन्होंने। ये कयास लाए जा रहे सी, यह भी कहा जा रहा है कि जो हाईकमान है वो फैसला करेगा, बैठ के गलबात करेगा, टी डिप्लोमेसी भी हुई, लंच डिप्लोमेसी भी हुई, ता भी गल नहीं बनी। यह भी कहा जा रहा है कि पार्टी प्रधान भी जो है वो लाया जा सकता है, हालांकि कल मुख्यमंत्री ने साफ करता कि सुनील जाखड़ बड़ा वधिया काम कर रहे हैं, तो जो चार साल पहला आए हैं उन्होंने किस तरीके ला दिए, जो कि पुराने सीनियर आगू ने वह काम कर रहे हैं, उन्होंने क्यों ना लाइए? देखो ये है कि उन्होंने इंटरनल पॉलिटिक्स, सबनों पता है कि सिद्धू का राह रोकने उन्हें स्टेटमेंट दी है,
ये तो हरेक पोलीटिकल बंदा समझता ना कि उन्हों उम्मीद सी कि शायद उन्हों प्रधान जा मुख्यमंत्री जा कोई ना कोई हाईकमांड उन्हें सोच रही थी तो इस करके राह रोकने लिए उन्होंने स्टेटमेंट दी है लोगों की मतलब पोलीटिकल जी सोच है ना लोगों की यही है तो मैं समझा उन्होंने इन्होंने अपने हिसाब से दिता बयान। कैमरन अंकुर के नाल बजम वर्मा जी मीडिया चंडीगढ़।